बिस्मिल्लाहिर्रहमानिर्रहीम जी, अस्सलाम वालेकुम। कैसे हैं सब? उम्मीद है सब भाई खैर की होंगे जी। ब्लॉग का आगाज़ करें तो ब्लॉग का आगाज़ हमने कर दिया है। ज़्यादा से ज़्यादा लाइक से सब्सक्राइब ज़रूर करना। आप काम करके आए हैं तो ज़रूर जो है ना वो आप चेंज करेंगे। तो इस तरह करियो जी, अपना अपना सूट ला के तो सिर्फ वाली कढ़ाई च पाए चले तो उतार तो इन्ने ज़्यादा जमा हो जाते फिर नहीं तो होंगे ज्यान भेज के आ गया मारो भेज के आ गया। चले जी, आप इस तरह करें कि ब्लॉग जो अपने बहन भाइयों से शेयर करें और बहन भाइयों से छोटी सी रिक्वेस्ट है कि ज़्यादा से ज़्यादा सपोर्ट करें, ज़्यादा से ज़्यादा लाइक शेयर करें। अच्छा जी, घर आके पहुंचे एंटर असी हूँ की ब्लॉग असी पहले का बनाया आया वा, सारे ने ज़्यादा ज़्यादा ना लाइक शेयर करना वा। तो चलो जी, ब्लॉग का आगाज़ हो गया वा। बहुत अच्छा तो बहुत मेहनत ना ब्लॉग बनाया, सारे ने ज़्यादा ज़्यादा लाइक करना वा, शेयर करना वा। अच्छा जी, कम से कम मुका के इस टाइम सू गया एक घंटा हो जाता, अगर अभी 3 बजे जाने, अब टाइम तकरीबन 4 तो भी उपर मेरे का टाइम हो गया, लेट बहुत हो गए हैं। तो हूँ असं चले, मैं हूँ मैंने लगता जाके असं मुड़े आना काम कुम के नहीं नहीं ਅਸੀਂ ਸ਼ਾਮੀ ਅੱਜ ਅਮਾਰ ਨੂੰ ਕਹਿ ਕੇ ਨਾ ਤੰਦੂਰ ਤੋਂ ਰੋਟੀਆਂ ਮੰਗਾ ਲੈਣੀਆਂ ਅਤੇ ਦਹੀਂ ਨਾ ਖਾ ਲੈਣੀਆਂ ਬਸ। ਅਤੇ ਅਸੀਂ ਹੁਣ ਜਾ ਰਹੇ ਹਾਂ ਆਪਣਾ ਜਿਹੜਾ ਕੰਮ ਸ਼ੁਰੂ ਕੀਤਾ ਹੋਇਆ ਨਾ ਕਰ ਉਹ ਮਕਾਨ ਵਾਸਤੇ ਜਾਂ ਨਹੀਂ ਕਰੋ ਬੁਰੀ ਬਾਤ ਬੇਟਾ। ਅਤੇ ਅਸੀਂ ਹੁਣ ਨਾ ਕੂਲਰ ਪਾਣੀ ਵਾਲਾ ਵੀ ਲੈ ਲਿਆ, ਮੋਟਰਸਾਈਕਲ ਵੀ ਲੈ ਲਿਆ, ਅਤੇ ਅਧਰਮਾ ਟਿਊਸ਼ਨ ਗਏ ਹੋਏ ਉਹਨਾਂ ਨੂੰ ਕਿਹਾ ਸੀ ਅਸੀਂ ਆ ਕੇ ਨਾ, ਅਤੇ ਤੁਸੀਂ ਸਾਨੂੰ ਦੱਸਿਓ ਅਤੇ ਫਿਰ ਅਸੀਂ ਤੁਹਾਨੂੰ ਆ ਕੇ ਲੈ ਜਾਊ ਤੁਹਾਡੇ ਪਾਪਾ ਉੱਥੇ ਜੀ। ਅਤੇ ਚਲੋ ਜੀ, ਹੁਣ ਅਸੀਂ ਚੱਲਦੇ ਹਾਂ। ਘਰਦੇ ਆਉਣ ਦੀਆਂ ਖੰਡ ਵਾਲੀਆਂ ਛਾਵਾਂ ਚਾਪਰ 'ਚ ਪਾ ਲਈਆਂ, ਬਿਸਕਿਟ ਦਾ ਪੈਕਟ ਹੈ, ਇੱਕ ਸੇਬ ਆ, ਕੋਈ ਖੀਰਾ ਵਾ, ਇੱਦਾਂ ਦੀ ਚੀਜ਼ਾਂ। ਫੀਡਰ ਨਹੀਂ ਅਸੀਂ ਲੈ ਚੱਲੇ, ਫੀਡਰ ਜਾਂਦੇ ਉੱਥੇ ਮਿੱਟੀ ਲਾ ਲੈਂਦਾ ਵਾ, ਖਰਾਬ ਹੋ ਜਾਂਦਾ, ਖਰਾਬ ਹੀ ਹੋ ਜਾਂਦਾ ਉੱਥੇ ਮਿੱਟੀ 'ਚ ਨਿੱਪਲ ਨੁੱਪਲ ਭਰ ਲੈਂਦਾ, ਫਿਰ ਦਿਲ ਨਹੀਂ ਕਰਦਾ ਬੱਚੇ ਨੂੰ ਦੇਣ ਨੂੰ। ਹੈਂ, ਚਲ ਮੇਰਾ ਟਿਕਟਿਕ ਘੋੜੇ ਆ, ਟਿਕਟਿਕ ਘੋੜੇ ਆ ਜੀ। ਪਹੁੰਚ ਗਏ ਅੱਜ ਖੇਤ 'ਚ, ਪਹੁੰਚ ਗਏ, ਵੱਢਣਾ ਸ਼ੁਰੂ ਕਰਤਾ ਵਾ। ਬਹੁਤ ਜਿਹੜਾ ਨਾ ਮੁਸ਼ਕਿਲ ਆ, ਉਹ ਜਿਹੜੇ ਪਰਲੇ ਵੱਡੇ ਸੀ ਪਹਿਲੇ ਦਿਨ ਦੇ ਉਹ ਸੁੱਕ ਵੀ ਗਏ, ਉਹ ਸੁਬਹ ਬੰਨੀ ਹੈ, ਤੀਸਰਾ ਦਿਨ ਹੋ ਜਾਣਾ। ਬੰਨੇ ਹੋ ਨਾ ਬੰਨੇ ਤੁਹਾਡੀ ਮਰਜ਼ੀ ਆ, ਸੁਬਹ ਨੂੰ ਬੰਦਾ ਉੱਠ ਕੇ ਆ ਕੇ ਬੰਨ ਜਾਵੇ, ਜਿਹੜਾ ਸ਼ਾਮੀ ਬੰਦਾ ਵੱਢ ਕੇ ਜਾਵੇ। ਚਲੋ ਮੇਰੇ ਕੋਲ ਤਾਂ ਇੱਕ ਟਾਈਮ ਆ ਹੋਣਾ, ਦੋ ਟਾਈਮ 'ਤੇ ਆ ਕੇ ਸਰਦਾ ਹੀ ਨਹੀਂ, ਜਿਆਨ ਸੁਕਾਉਂਦਾ ਵਾ, ਜਿਆਨ ਦਾਤੀ ਲੱਗ ਜਾਣੀ ਆ। ਅੱਛਾ ਚਲੋ ਜੀ, ਠੀਕ ਹੋ ਗਿਆ, ਮੈਂ ਵੀ ਦਾਤਰੀ ਆਪਣੀ ਚੱਕ ਲਿਆਵਾਂ ਅਤੇ ਸ਼ੁਰੂ ਕਰੀਏ। ਵੱਖਰਾ ਵੱਢਣਾ ਤੁਸੀਂ ਆਪਣਾ ਵੱਖਰਾ ਵੱਢਣਾ ਵਾ, ਮੈਂ ਤੁਹਾਡੇ ਨਾਲ ਨਹੀਂ ਵੱਢਣਾ। ਨਹੀਂ ਅੱਧਾ ਕਿਆਰਾ ਨਹੀਂ ਵੱਢਣਾ? ਨਹੀਂ ਤੁਸੀਂ ਆਪਣਾ ਉਸ 'ਚ ਲੱਗੋ, ਮੈਂ 'ਚ ਲੱਗਣਾ, ਤੁਸੀਂ ਥੋੜ੍ਹਾ ਵੱਢਦੇ ਹਾਂ ਅਤੇ ਫਿਰ ਕਿਉਂ ਮੇਰਾ ਵੱਢਿਆ ਵੀ ਹੋਇਆ ਵਿੱਚ ਚੰਗਾ ਭਲਾ, ਇਹ ਕਿਹੜਾ ਸਾਰੇ ਸਾਰੇ ਵੱਢੇ ਜਾਣੇ, ਸ਼ਾਮ ਤਾਂ ਹੋਈ ਖੜੀ ਆ। ਚਲੋ ਦੋਨਾਂ ਦੇ ਸਿਰੇ ਲੈ, ਨਹੀਂ ਇੱਦਾਂ ਨਹੀਂ ਫਿਰ ਮੁੱਕਦਾ ਹੈਗਾ, ਨਹੀਂ ਤੁਸੀਂ ਇਕੱਲਾ ਇਕੱਲਾ ਬੰਦਾ ਨਹੀਂ, ਨਹੀਂ ਉਹ ਹਿੰਮਤ ਹੀ ਨਹੀਂ ਹੁੰਦੀ, ਨਹੀਂ 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 ਇਸ ਤਰ੍ਹਾਂ ਨਹੀਂ ਫਿਰ ਮੁੱਕਦਾ ਹੈਗਾ। ਇੱਦਾਂ ਨਾ ਮੈਂ ਦੇਖਿਆ ਵਾ, ਇਕੱਲੇ ਦਾ ਬੰਦੇ ਦਾ ਦਿਲ ਹੀ ਨਹੀਂ ਲੱਗਦਾ ਹੈਗਾ। ਅੱਛਾ ਜੀ, ਇੱਥੇ ਅਸੀਂ ਮੋਟਰਸਾਈਕਲ ਖੜ੍ਹਾ ਕੀਤਾ, ਦੇਖੋ ਮਾਸ਼ਾਅੱਲਾ ਜਾਨਵਰ ਚਾਰਦੇ ਫਿਰਦੇ ਆ, ਅਤੇ ਇਹਨਾਂ ਦੀ ਸਿਹਤ ਚੈੱਕ ਕਰੋ, ਇਹ ਸਾਰਾ ਮਾਲ ਚਾਰਦੇ ਆ,
ਤੇ ਇਹਨਾਂ ਨੇ ਚਾਰ ਕੇ ਜਿਹੜਾ ਨਾ ਗਾਈਆਂ ਮੱਛਾਂ ਜਿਹੜੀਆਂ ਨਾ। ਹਾਂਜੀ ਅਸਲਾਮ ਅਲੈਕੁਮ ਲਾਲਾ ਜੀ, ਕੀ ਹਾਲ ਆ? ਠੀਕ ਹੋ? ਕਿਹੜੀ ਜਗ੍ਹਾ ਦੇ ਹੋ? ਅੱਛਾ ਅੱਛਾ, ਕੱਚੇ ਦੇ ਹੋ? ਉੱਧਰ ਕੀ ਸਲਾਬ ਆ ਗਿਆ ਜਾਂ ਬਾਰਿਸ਼ਾਂ? ਅੱਛਾ ਉੱਧਰ ਸਲਾਬ ਆ ਗਿਆ, ਸਹੀ ਆ। ਇਹ ਇੱਕ ਘਰ ਦੇ ਡੰਗਰ ਆ ਜਾਂ ਜ਼ਿਆਦਾ ਘਰਾਂ ਦੇ ਆ? ਕਿੰਨੇ ਘਰਾਂ ਦੇ ਆ? ਇਹ ਚਾਰ ਘਰਾਂ ਦੇ ਡੰਗਰ ਆ, ਸਹੀ ਆ। ਅਤੇ ਬਾਕੀ ਬਾਕੀ ਘਰ ਵਾਲੇ ਉੱਥੋਂ ਹੀ ਆ? ਅੱਛਾ, ਅਤੇ ਇਹਨਾਂ ਦਾ ਦੁੱਧ ਦੁੱਧ ਖੀਰ ਵਗੈਰਾ ਤੁਸੀਂ ਦੋਜੀ ਨੂੰ ਪਾਉਂਦੇ ਹੋ, ਕੀ ਕਰਦੇ ਹੋ? ਅੱਛਾ ਦਮੀ ਦੇ ਦਾ, ਸ਼ਾਮੀ ਚੋਨੇ ਹੋ ਜਾਂ ਇੱਕ ਟਾਈਮ ਚੋਨੇ ਹੋ? ਅੱਛਾ 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 ਅੱਛਾ, ਸਹੀ ਹੋ। ਚੱਲ ਜਾਨ ਚਲੀਏ। ਜਾਨਵਰਾਂ ਵਾਲੇ ਭਾਈ ਕਹਿੰਦੇ ਅਸੀਂ ਕੱਚੇ ਚੋਂ ਆਏ ਹਾਂ, ਉੱਥੇ ਸਲਾਬ ਆ ਗਿਆ ਅਤੇ ਪਾਣੀ ਆ ਗਿਆ ਬਾਰਿਸ਼ਾਂ ਦਾ, ਅਤੇ ਅਸੀਂ ਡੰਗਰ ਲਿਆਂਦੇ, ਤਿੰਨਾਂ ਘਰਾਂ ਦੇ ਡੰਗਰ ਆ, ਦੇਖ ਲਓ। ਹਾਂ ਆਹੋ, ਚੱਲ ਆ ਜਾਓ, ਠੀਕ ਹੈ, ਦੇਖ ਲਓ ਮੈਂ ਆਪਣੀ ਪਰਾਤ ਬੰਨੇ ਲਾ ਲਈ, ਤੁਹਾਡਾ ਇੱਕ ਢੇਰੀ ਵੱਡੀ ਹੈ ਤਾਂ ਮੇਰੀ 1 2 3 4 5 6 ਵੱਡੀ। ਆਹੋ ਜੀ, ਤੁਸੀਂ ਤੇਜ਼ ਹੋ, ਮੈਂ ਮਾਠਾ ਵਾਂ, ਇਹ ਕਿਹੜੀ ਗੱਲ ਆ? ਮੈਂ ਹਾਂ ਉੱਧਰ ਮੈਂ ਡੰਗਰਾਂ ਵਾਲੇ ਭਾਈ ਕੋਲ ਜੀ ਚਲੇ ਗਿਆ ਸੀ, ਖੜੀ ਨਹੀਂ ਹੋਈ। ਹਾਂ ਜੀ, ਤੁਸੀਂ ਅੱਗੇ ਚਲੇ ਗਏ। ਅੱਛਾ ਚਲੋ, ਵੱਡਾ ਵੱਡਾ ਹਿੰਮਤ ਲਾਓ, ਟਾਈਮ ਕੋਈ ਨਹੀਂ। ਮੈਨੇ ਪਾਪਾ ਕੋ ਵੀ ਪਾਣੀ ਦਿਆ, ਮੰਮਾ ਕੋ ਵੀ ਪਾਣੀ ਪਿਲਾਇਆ, ਉਮਾਰ ਆ ਕੇ ਤੀਲੀ ਕਟਾਈ ਕਰਾ ਰਹਾ, ਯਾਨ ਇਸ ਕਬੇ ਕੇ ਸਾਥ ਖੇਡ ਹੈ। ਅਦੇ ਨਾਲ ਚਿੜੀਆਂ ਦਿਖਾਓ, ਚਿੜੀਆਂ ਦੇਖੋ, ਚਿੜੀਆਂ ਉੜੀਆਂ ਫਿਰਦੀਆਂ, ਇਹ ਦੇਖੋ ਕਿੰਨੀਆਂ ਚਿੜੀਆਂ ਉੱਪਰ ਉੜੀਆਂ ਫਿਰਦੀਆਂ, ਦੇਖੋ ਚਿੜੀਆਂ ਦਿਖਾ, ਚਿੜੀਆਂ ਬਿਸਕਿਟ ਲਾਉਂਗੀ, ਉਹ ਕੁਛ ਖਾਤਾ ਹੀ ਨਹੀਂ ਹੈ। ਜਨ ਬਹੁ ਆ ਗਿਆ, ਨਹੀਂ ਨਾ ਨਾ, ਕਿਉਂ ਨਹਾਈਏ? ਜਾਨ ਕਹਿ ਰਿਹਾ ਕਿ ਨਹਿਰ ਮੈਂ ਨਹਾਈਏ। ਜਾਨ ਬਿਸਕੁਟ ਖਾਣਾ ਹੱਥ ਧੋਣਾ, ਹੱਥ ਧੋਣਾ, ਹੱਥ ਧੋਣਾ, ਹੱਥ ਧੋਣਾ, ਗੰਦੇ ਕਰਕੇ ਹੱਥ ਧੋਣਾ, ਹੱਥ ਧੋਣਾ, ਹੱਥ ਧੋ। ਕਿਆ ਕਰ ਰਹੇ ਹੋ? ਮੈਂ ਇੱਥੇ ਬੈਠੀ ਬਾਤਾਂ। ਤੂੰ ਮਿੱਟੀ ਬੰਨਾ?
ਛਾਪਰ ਤੇ ਮਿੱਟੀ ਪਾਉਣਾ ਜਾ ਰਹੇ? ਇਸੇ ਦੌੜਨ ਲੱਗਾ। ਨਹਿਰ ਮੈਂ ਕਿਸਨੇ ਨਹਾਣਾ ਹੈ? ਜਾਓ ਮਾਰੋ ਡੁਬਕੀ, ਬਾਕੀ ਜਾ ਕੇ ਛਲਾਂਗ ਮਾਰੋ। ਜਾਓ 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 ਜਾਓ, ਬਹਾ ਕੇ ਛਲਾਂਗ ਮਾਰੋ ਪਾਣੀ ਮੈਂ, ਪਾਣੀ ਮੈਂ ਛਲਾਂਗ ਮਾਰੋ। ਕੱਬਾ ਆ ਗਿਆ, ਕੱਬਾ ਘੁਮਾ ਲਓ। ਮਾਰੋ ਵੋ ਦੇਖੋ, ਗਾਂ ਜਾ ਕੇ ਬੈਠ ਕੇ ਜੇ ਦੇਖੋ। ਕਹਾਂ ਜਾ ਰਹੇ ਹੋ? ਨਹਿਰ ਮੈਂ ਨਹੀਂ ਜਾਣਾ। ਨਹੀਂ ਜਾਣਾ। ਉਹ ਦੇਖੋ ਮੋਟਰਸਾਈਕਲ ਆ ਰਿਹਾ। ਅੱਛਾ ਜੀ, ਅੱਜ ਅਸੀਂ ਅਦਮ ਤੋਂ ਮਾਰ ਕੇ ਤੀਲੀ ਨਹੀਂ ਪਾਈ, ਅਸੀਂ ਕਿਹਾ ਤੁਸੀਂ ਸਿਰਫ ਜ਼ਿਆਨ ਨਾਲ ਖੇਡੋ ਅਤੇ ਜ਼ਿਆਨ ਨੂੰ ਸੰਭਾਲੋ। ਜ਼ਿਆਨ ਪਾਣੀ ਮੈਂ ਜਾਣੇ ਕਾ ਕਹਿ ਰਿਹਾ, ਜ਼ਿਆਨ ਕਹਿ ਰਿਹਾ ਕਿ ਮੈਂ ਨਹਿਰ ਮੈਂ ਨਹਾ। ਜ਼ਿਆਨ ਨੂੰ ਇੱਥੇ ਆਪਣੇ ਕੋਲ ਨਹੀਂ ਨਾ ਰੱਖ ਸਕਦੇ, ਟੁੰਡੇ ਜਾਂ ਗਿਰਦਾ ਵਾ ਉਹ ਉਹਨਾਂ ਦੇ ਵਿੱਚ, ਇਸ ਕਰਕੇ ਨਹਿਰ ਦੀ ਪਟੜੀ 'ਤੇ ਛੱਡਿਆ ਹੋਇਆ। ਅਤੇ ਅਸੀਂ ਦੋਨੇ ਜਣੇ ਪਿਆਰਾ ਮੁਸ਼ਕਿਲ ਹੀ ਹੈ, ਜੇ ਬੰਨੇ ਲੱਗ ਜਾਈਏ ਸ਼ਾਮ ਹੋ ਗਈ, ਆਏ ਬੜੇ ਲੇਟ ਆ। ਕੱਲ੍ਹ ਅਸੀਂ 3 ਵਜੇ ਆ ਗਏ ਸੀ, ਅਸੀਂ 4 ਵਜੇ ਤੋਂ ਵੀ ਬਾਅਦ ਆਏ। ਨਹੀਂ ਨਹੀਂ ਦੂਸਰੀ ਗੱਲ ਇਹ ਆ, ਥੱਕੇ ਵੀ ਹੋਏ ਆ। ਤੀਸਰੀ ਗੱਲ ਇਹ ਆ ਕਿ ਕੰਮ ਨੂੰ ਥੋੜਾ ਜਿਹਾ ਦਿਲ ਵੀ ਘੱਟ ਕਰਦਾ ਥਕਾਵਟ ਦੀ ਵਜ੍ਹਾ ਤੋਂ। ਤੇ ਚੌਥੀ ਗੱਲ ਇਹ ਆ ਕਿ ਬੇਗਮ ਤਾਨੇ ਹੀ ਬੜੀ ਮਾਰਦੀ ਆ, ਬਹੁਤ ਲੜਾਈ ਕਰਦੀ ਆ। ਯਕੀਨ ਕਰਕੇ ਜਾਣੀ, ਇੱਕ ਮੇਰੀਆਂ ਆਪਣੀਆਂ ਦੇਖਣ ਵਾਲੀਆਂ ਇਹਦੀ ਸਪੋਰਟ ਕਰਦੀਆਂ, ਉਹ ਕਹਿੰਦੀ ਹੈ ਜੀ ਸਮੈਰਾ ਜਿਹੜੀ ਆ ਨਾ ਬਹੁਤ ਮਿਹਨਤੀ ਆ। ਅੱਛਾ ਜੀ, ਮੈਂ ਸੁਬਹਾ ਦੇ ਥੋੜ੍ਹਾ ਜਿਹਾ ਕੈਮਰਾ ਨੇੜੇ ਪਾ, ਸੁਬਹ ਦੇ ਸਾਰੇ ਕੰਮ ਮੁਕਾਏ ਸੀ ਕਿ ਮੈਂ ਸ਼ਾਮ ਨੂੰ ਜਾਵਾਂਗੀ, ਸੁਬਹ ਦੇ ਟਾਈਮ ਮੈਂ ਇਕੱਲੇ ਇੱਕ ਚਾਰਾ ਵੱਢ ਕੇ ਆ, ਇਹ ਵੱਢਣ ਹੀ ਨਹੀਂ ਆ। ਮੇਰੀ ਲੱਤਾਂ ਇੰਨੀ ਤੁਰਿਆ ਹੀ ਨਹੀਂ ਸੀ ਜਾਂਦਾ, ਫਿਰ ਹੁਣ ਕਿੱਦਾਂ ਤੁਰਿਆ ਜਾਂਦਾ? ਹਾਂ, ਮੇਰੀ ਆ ਖਿੱਚ ਪੈ ਕੇ ਮੇਰੇ ਪੱਠੇ ਆਕੜ ਗਏ। ਉਹ ਤਾਂ ਸਾਡੇ ਵੀ ਆਕੜੇ ਹੋਏ, ਤੁਰਨ 'ਚ ਬੜੀ ਮੁਸ਼ਕਲ ਪੇਸ਼ ਆਉਂਦੀ ਸੀ। ਅੱਛਾ ਜੀ, ਸਾਡਾ ਤਾਂ ਲੜਾਈ ਝਗੜਾ ਚੱਲਦਾ ਰਹਿਣਾ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਬਸ ਕੀ ਕਰੀਏ, ਜਦੋਂ ਘਰ 'ਚ ਕਹਿੰਦੇ ਆ ਨਾ ਉਹ ਹੁੰਦੀ ਆ ਲੜਾਈ। ਸਾਹ ਚੜ ਗਿਆ ਤੇ ਇੱਥੇ ਕਿਤੇ ਸੱਪ ਤਾਂ ਨਹੀਂ? ਲੜਦੀਆਂ ਪਈ। ਅੱਛਾ, ਕਿੱਦਾਂ ਪੰਜ ਸੱਤ ਜਾਂ ਦਿਖਾਓ, ਚਾਰ ਘੰਟੇ ਲੜਾਈ ਤਾਂ ਦਿਖਾਓ। ਅੱਛਾ 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 ਅੱਛਾ, ਰੇਤ ਮੱਛਲੀ ਆ, ਉਹ ਖਾਣ ਦੀ ਕੋਸ਼ਿਸ਼ ਕਰਦੀਆਂ ਸੀ।
ਮੈਂ ਤੁਹਾਨੂੰ ਆਖਿਆ ਨਾ ਕੋਈ ਨਾ ਕੋਈ ਚੀਜ਼ ਜ਼ਰੂਰ ਹੁੰਦੀ ਹੈ ਜੀ। ਲੇਟ ਆਏ ਸੀ ਕੁਛ ਫਲ, ਅਸੀਂ ਤਿੰਨ ਚਾਰ ਵਾਰ ਸੀਗੇ ਅਸੀਂ, ਅੱਜ ਨਾ ਕੁਛ ਜ਼ਿਆਦਾ ਭਾਰਾ ਸੀਗਾ ਇੱਕ ਪਿਆਰਾ ਅਤੇ ਕੁਛ ਥੋੜ੍ਹਾ ਜਿਹਾ ਉੱਧਰ ਮੱਥੇ ਤੋਂ ਵੱਢਿਆ, ਦੋ ਪਿਆਰਿਆਂ ਨੇ ਮੱਥੇ ਵੱਢੇ। ਹਾਂਜੀ ਅਤੇ ਸ਼ਾਮ ਹੋ ਗਈ ਹੈ, ਹੁਣ ਮਗਰਬ ਵੀ ਨਮਾਜ਼ ਘਰ ਜਾ ਕੇ ਪੜ੍ਹਾਂਗੇ, ਹੁਣ ਅਸੀਂ ਜਾ ਰਹੇ ਹਾਂ ਵਾਪਸ ਅਤੇ ਟਾਈਮ ਵੀ ਹੁਣ ਕੋਈ ਨਹੀਂ ਹੈਗਾ, ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਆਉਣੇ ਹਾਂ ਅਤੇ ਹੁਣ ਅਸੀਂ ਜਾ ਰਹੇ ਹਾਂ ਵਾਪਸ। ਅਤੇ ਕੰਮ ਜਿਹੜਾ ਨਾ ਇਹ ਬੜਾ ਮੁਸ਼ਕਿਲ ਹੈ, ਮੁਸ਼ਕਿਲ ਹੈ ਜਿਹੜਾ ਨਾ ਵੱਢਣਾ ਨਹੀਂ ਹੈਗਾ ਮੁਸ਼ਕਿਲ, ਸਭ ਤੋਂ ਲੋਕ ਕਹਿੰਦੇ ਆ ਕਿ ਬੰਨਣਾ ਵਾ ਇਹ ਨਾ, ਲੋਕ ਇਹ ਦੱਸਦੇ ਹਨ ਕਿ ਇਹ ਵੱਢਣਾ ਮੁਸ਼ਕਿਲ ਨਹੀਂ ਹੈਗਾ, ਇਹਦੀ ਬੰਨਣਾ ਅਤੇ ਖੜਾ ਕਰਨਾ ਇਹਨੂੰ ਬਹੁਤ ਮੁਸ਼ਕਿਲ ਆ। ਇਹ ਦੇਖੋ ਪੱਖੜਾ ਕਿੰਨਾ, ਕੁੰਡੇ ਦੇ ਵਿੱਚ ਵੱਢਣਾ ਬਹੁਤ ਔਖਾ, ਅਗਰ ਸਾਫ਼ ਫਸਲ ਹੋਵੇ ਨਾ ਫਿਰ ਵੀ ਕੁਛ ਔਖਾ ਵਾ। ਦਾਤੀ ਮਾਰ ਵਾਲੀ ਚੁੱਕ ਲਈ ਸੀ, ਇਹ ਫੜੋ ਤੁਸੀਂ ਮੋਬਾਈਲ ਨਾ, ਉਹਦੋਂ ਲੈਤੇ ਨੇ ਜੀ, ਅੱਧ ਨੂੰ ਆਵਾਜ਼ ਮਾਰ ਕੇ ਪੁੱਛਦੇ ਆ ਕਿੱਥੇ ਵਿੱਚ ਜਾਣਾ ਨਹਿਰ ਦੇ, ਅੱਖ ਤਾਂ ਤੇਰੀ ਖੁੱਲਦੀ ਨਹੀਂ ਹੈਗੀ। ਜੁੱਤੀ ਲਾ ਕੇ ਜਾਈ, ਜੁੱਤੀ ਨਾਲ ਬੰਦਾ ਤਿਲਕ ਜਾਂਦਾ, ਜਲਦੀ ਕਰੋ ਹੁਣ ਘਰ ਪਹੁੰਚਦੇ ਤਾਂ ਖਜ਼ਾਨਾ ਹੋ ਜਾਣੀ ਆ। ਮੱਗਾ ਵੀ ਵਿੱਚ ਪਾ ਲੈਣਾ ਸੀ, ਮੱਗਾ ਵੀ ਵਿੱਚ ਪਾ ਲੈਣਾ ਸੀ ਕੂਲਰ ਤੋਂ ਬਾਹਰ, ਨਾ ਕੱਪੜੇ ਜਾ ਭੇਵੋ ਹੁਣ ਬੇਟਾ ਇਸ ਟਾਈਮ। ਅੱਛਾ ਜੀ, ਨਹਿਰ ਵਾਲੇ ਨਲਕੇ ਤੋਂ ਇਹਦੇ ਨਲਕਾਂ ਨੇ, ਤੁਸੀਂ ਹੁਣ ਪਾਣੀ ਲੈ ਕੇ ਜਾਵਾਂਗੇ, ਆਹ ਕਿਹੜਾ ਤਰੀਕਾ ਹੋਇਆ ਉਤਰਨ ਦਾ ਨਾ, ਇਸ ਟਾਈਮ ਨਹੀਂ ਇਹਦਾ ਤੇਰੇ ਕੰਨ ਦਰਦ ਕਰਦੇ, ਤੈਨੂੰ ਡਾਕਟਰ ਨੇ ਮਨਾ ਕੀਤਾ ਹੋਇਆ ਵਾ ਨਹਾਉਣ ਤੋਂ। ਮਾਰਨ ਚਾਕੇ ਨੇ ਵਿੱਚ ਪੈਰਾਂ ਦੇ ਡੋਬਦੇ, ਜੁੱਤੀ ਲਾ ਲਾ ਦੇਣ ਇਹਦੀ, ਜੁੱਤੀ ਲਾ ਦੇ ਜਾਂ, ਜੁੱਤੀ ਲਾ ਦੇ ਅਦਨ ਚੁੱਕ ਕੇ ਝੋਲੇ 'ਚ ਪਾ ਲਾ ਜੁੱਤੀ, ਇਹਦੀ ਤੂੰ ਇੱਥੇ ਆ ਕੇ ਫੜ ਲੈਂਦਾ ਇਹਨੂੰ। ਓਹੋ ਆ ਆਪਣਾ ਦਿਨ ਪਾਪਾ ਨੂੰ ਫੜਾ ਦੇ, ਇਹਨੂੰ ਚੁੱਕ ਕੇ ਇੱਕ ਵਾਰੀ ਇਹਨੂੰ ਇਹਨੂੰ ਮਾੜੀ ਡੁਬਕੀ ਜਿਹੀ ਲਵਾ ਦੇ ਪੈਰਾਂ, ਇਹਦੇ ਪੈਰ ਨੰਗੇ ਕਰ, ਬਿੱਲੇ ਕਰ ਦੇ, ਦੇਖੀ ਕਿਤੇ ਇਹਦੇ ਨਾਲ ਤੂੰ ਮੈਂ ਵੀ ਜਾਣਾ, ਕੱਪੜੇ ਨੀ ਭੇਜੇ ਮੰਮਾ, ਮੈਂ ਆਖਿਆ ਨਹੀਂ ਜਾਣਾ ਤੂੰ, ਮੈਂ ਕੈਮਰਾ ਫੜ ਦੂੰ ਕਲੋਜ਼ ਆ ਨਿਕਲ, ਅੱਛਾ ਜੀ ਮੈਂ ਵੀ ਪੈਰ ਧੋਲੇ ਆ, ਪੈਰ ਨਹੀਂ ਮੂੰਹ ਧੋਲੇ, ਹੱਥ ਧੋਲੇ ਬਸ, ਮੂੰਹ ਵੀ ਧੋਲੋ, ਮੈਨੂੰ ਨਹਿਰ 'ਚ ਨਹੀਂ ਨਹਾਉਣਾ ਪਸੰਦ, ਜਾਂ ਮੈਨੂੰ ਨਹਿਰ ਦਾ ਪਾਣੀ ਵੀ ਮੈਨੂੰ ਗੰਦਾ ਪਾਣੀ ਲੱਗਦਾ, ਮਾਰੋ ਨਾ ਪੇ।
ਅੱਛਾ ਜੀ, ਜਦੋਂ ਦਾ ਜ਼ਿਆਨ ਆਇਆ ਉਦੋਂ ਦਾ ਕਹਿੰਦਾ ਸੀ ਮੈਂ ਨਹਿਰ 'ਚ ਨਹਾਉਣਾ, ਮੈਂ ਨਹਿਰ 'ਚ ਨਹਾਉਣਾ। ਚੀਖੇ ਨੀ ਮਾਰਤੇ, ਚੀਖੇ ਨੀ ਮਾਰਤੇ, ਅੱਖ ਤੇਰੀ ਖੁੱਲਦੀ ਨੀ। ਤੂੰ ਇਧਰਲੇ ਪੱਲੇ ਚਲੀ ਜਾ, ਟੁਬਕੀ ਮਾਰ। ਨੀਲੇ ਨੇ ਮੋਟਰਸਾਈਕਲ ਕਿੱਦਾਂ ਚਲਾਉਣਾ? ਦੁਬਾਰਾ ਟੁੱਬੀ ਮਾਰੀ, ਜਾਂ ਦੁਬਾਰਾ ਟੁੱਬੀ ਮਾਰੀ। ਅਮਾ ਫੜ ਲੱਗ ਗਿਆ, ਡੁੱਬੀ ਨਾ ਜਾਵੇ, ਹੁਣ ਠੰਡ ਲੱਗਣ ਲੱਗ ਗਈ, ਜਿਆਂ ਦੀ ਬੱਸ ਹੋ ਗਈ। ਬਸ ਹੁਣ ਬੱਸ ਜਿਆਂ ਦੀ ਬੱਸ ਹੋ ਗਈ। ਮਾਰ ਬੁਰੀ ਬਾਤ। ਅੱਛਾ ਜੀ, ਕੂਲਰ ਪਾਣੀ ਦਾ ਵੀ ਭਰ ਲਿਆ ਵਾ ਤੇ ਆਜੋ ਜੀ, ਚੱਲਿਆ ਮੋਬਾਈਲ ਗੰਦਾ ਹੋ ਜਾਏਗਾ। ਅੱਛਾ ਜੀ, ਇਹ ਛੋਟਾ ਬੱਚੇ ਦੀ ਮੈਂ ਦਿਖਾ ਰਹੀ ਹਾਂ ਨਹਾਈ ਤੇ ਖੁਸ਼ੀਆਂ। ਪਾਣੀ ਘੱਟ ਹੋਊਗਾ ਨਹਿਰ ਚ? ਨਹੀਂ, ਨਹਿਰ ਫੁੱਲ ਆ ਪਰ ਇਹ ਵੱਡਾ ਹੋ ਗਿਆ। ਅੱਛਾ, ਯਾਰ ਵੱਡਾ ਹੋ ਗਿਆ, ਕਿੰਨਾ ਕੁ ਵੱਡਾ ਕਿਤੇ ਹੋ ਗਿਆ, ਸਾਲ ਕੁ ਤਾਂ ਵੱਡਾ ਹੋਣਾ। ਅਸਲ ਹੁਣ ਇਹ ਆਪਣਾ ਵਜ਼ਨ ਸਹਾਰ ਲੈ ਕੇ ਵਜ਼ਨ ਨਹੀਂ ਸੀ ਸਹਾਰ। ਹੁਣ ਵਾਲੇ ਨੂੰ ਹੁਣ ਨਹਾਉਣ ਦਾ ਪਤਾ ਲੱਗ ਗਿਆ, ਦੋ ਤਿੰਨ ਦਿਨ ਨਾਨੀ ਘਰ ਰਹਿ ਕੇ ਆਇਆ ਨਾ, ਉੱਥੇ ਬੋਰ ਤੇ ਨਹਾਉਂਦਾ ਰਿਹਾ ਵਾ। ਸਰਦੀ ਲੱਗਣ ਲੱਗ ਗਈ, ਬਸ ਮੈਂ ਗਿੱਲਾ ਬੱਚਾ, ਮੈਂ ਇੱਕ ਵੀ ਨਹੀਂ ਨਾਲ ਬਿਠਾਣਾ। ਅੱਖ ਤੋਂ ਨਜ਼ਰ ਆਉਂਦਾ ਪਰਲੀ ਤੋਂ, ਚੱਕ ਕੇ ਕੱਢ ਦੋ ਇਹਨੂੰ, ਕੰਡੇ ਲੱਗ ਜਾਣੇ। ਆ ਲੋ ਜੀ, ਬੱਚਾ ਨਹਾ ਕੇ ਨਿਕਲ ਆਇਆ। ਜੁੱਤੀਆਂ ਦੀ ਪਾਲੀ ਝੋਲੇ ਚ, ਅਸੀਂ ਜੁੱਤੀਆਂ ਦੀ ਝੋਲੇ ਚ ਪਾ ਲਾ। ਹੁਣ ਇਹਨੂੰ ਸਾਫ਼ ਸੁਥਰਾ ਚੱਕ ਕੇ ਐਵੇਂ ਮਿੱਟੀ ਲੱਗ ਜਾਣੀ, ਇਹਦੇ ਕੱਪੜੇ ਨੂੰ ਮੋਟਰਸਾਈਕਲ ਤੇ ਬਿਠਾ ਲੈਂਦੇ। ਚਲੋ ਜੀ, ਅਸੀਂ ਇੰਨਾ ਕੰਮ ਕਰ ਲਿਆ ਅਤੇ ਹੁਣ ਅਸੀਂ ਜਿਹੜਾ ਨਾ ਘਰ ਨੂੰ ਚੱਲਦੇ ਹਾਂ। ਉਹ ਸੂਰਜ ਦਿਖਾਓ, ਇੱਥੋਂ ਛਿਪਣ ਲੱਗਿਆ। ਚਲੋ ਜੀ, ਇੱਥੇ ਇਹ 'ਚ ਨਹਾਉਣ ਦਾ ਬੜਾ